ਅਸਲਾਮ ਵਾਲੇਕੁਮ ਮੈਂ ਬੀਰਾ ਖਾਨ ਤੇ ਮੈਂ ਲੈਲਾ ਜੱਟੀ ਤੇ ਅੱਜ ਅਸੀਂ ਤੁਹਾਡੇ ਨਾਲ ਕੋਈ ਫਨੀ ਗੱਲ ਨਹੀਂ ਕਰਨੀ ਬਲਕਿ ਤੁਹਾਡੇ ਨਾਲ ਇੱਕ ਰਿਕੁਐਸਟ ਕਰਨੀ ਹੈ ਤੇ ਬੀਰਾ ਦੱਸੋ ਜਰਾ ਅੱਜ ਕੀ ਇਹਨਾਂ ਨੂੰ ਕਹਿਣਾ ਚਾਹੋਗੇ ਅੱਛਾ ਤੁਸੀਂ ਦੇਖ ਰਹੇ ਹੋ ਮੇਰੇ ਹੱਥ 'ਚ ਕੋਕ ਦੀ ਬੋਤਲ ਆ ਜਾਂ ਡੈਰੀ ਮਿਲਕ ਆ ਰਿਹਾ 'ਚ ਜਾਂ ਸਰਪ੍ਰਾਈਜ਼ ਹੋ ਗਿਆ ਨੈਸਲੇ ਹੋ ਗਿਆ KFC ਹੋ ਗਿਆ ਮੈਕਡੋਨਲਡ ਹੋ ਗਿਆ ਇਸرائیਲੀ ਜਿੰਨੇ ਬ੍ਰਾਂਡ ਆ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹੁੰਦੀ ਜਿੰਨੇ ਮੁਸਲਮਾਨ ਅਗਰ ਮੁਸਲਮਾਨ ਹੋ ਤੁਸੀਂ ਇਹਨਾਂ ਦਾ ਬਾਇਕਾਟ ਕਰੋ ਅਸੀਂ ਇਜ਼ਰਾਈਲ ਨੂੰ ਸਪੋਰਟ ਨਹੀਂ ਕਰਨਾ ਠੀਕ ਅਸੀਂ ਨਹੀਂ ਚਾਹੁੰਦੇ ਸਾਡਾ 1 ਰੁਪਿਆ ਵੀ ਹਰਾਮ ਦੀ ਕਮਾਈ 'ਚ ਜਾਵੇ ਇਹ ਹਰਾਮ ਆ ਸਾਡੇ ਬਾਤ ਨਾ ਅਸੀਂ ਹਰਾਮ ਖਾਣਾ ਚਾਹਾਂਗੇ ਨਾ ਅਸੀਂ ਤੁਹਾਨੂੰ ਖਾਣ ਦਵਾਂਗੇ ਕਿਉਂਕਿ ਇਸ ਟਾਈਮ ਜਿੰਨਾ ਜ਼ੁਲਮ ਹੋ ਰਿਹਾ ਵਾ ਅਸੀਂ ਅੱਜ ਤੋਂ ਆਪਣੇ ਘਰ ਤੋਂ ਸ਼ੁਰੂਆਤ ਕਰਤੀ ਆ ਸਾਡੇ ਵੱਲੋਂ ਬਾਈਕਾਟ ਆ ਹੁਣ ਸਿਰਫ ਇਹੀ ਰਿਕਵੈਸਟ ਆ ਤੁਸੀਂ ਵੀ ਅੱਜ ਤੋਂ ਬਾਈਕਾਟ ਕਰੋ ਬਜਾਏ ਕਿ ਕਿਸੇ ਨੂੰ مشਵਰਾ ਦਿਓ ਤੁਸੀਂ ਇਹ ਕਰ ਲਓ ਇਹ ਕਰ ਲਓ ਨਹੀਂ ਤੁਸੀਂ ਖੁਦ ਆਪਣੇ ਘਰ ਬਾਈਕਾਟ ਕਰੋ ਤੇ ਤੁਸੀਂ ਫਲਸਤੀਨ ਨੂੰ ਸਪੋਰਟ ਕਰੋ ਹਾਏ ਹਾਏ ਕਿੰਨਾ ਗੰਦ ਪਿਆ ਹੈ ਆ ਲੈਲਾ ਕੀ ਕਰਨ ਦੇਈ ਆ ਕੰਮ ਸ਼ਾਮ ਕਰਨਾ ਕਿਚਨ ਚ ਦੇਖ ਕੁਝ ਨਹੀਂ ਕੰਮ ਲਈ ਆਈ ਨਹੀਂ ਅੱਜ ਤੇ ਮੈਂ ਨਹੀਂ ਕਰਨਾ ਕੰਮ ਆ ਕੀ ਕਰਨ ਨਹੀਂ ਹੈ ਕੋਲਡ ਡਰਿੰਕ ਪੀ ਰੀ ਮਹਿਮਾਨ ਆਏ ਸੀ ਉਹਨਾਂ ਨੇ ਪੀਤੀ ਨਹੀਂ ਅੱਧਾ ਗਲਾਸ ਦਿੱਤਾ ਬਾਕੀ ਉਂਜੀ ਪਈ ਆਹ ਤਾਂ ਹਰਾਮ ਹੁੰਦੀ ਕਾਦੀ ਹਰਾਮ ਪੀਓ ਤੁਸੀਂ ਮੇਦੇ ਚ ਗਰਮੀ ਹੋਈ ਮੇਰੇ ਵੀ ਹੋਰ ਬੋਤਲ ਪੀ ਆਹ ਹਰਾਮ ਆ ਇਹ ਨਹੀਂ ਪੀਣੀ ਤੂੰ ਅੱਜ ਤੋਂ ਬਾਅਦ ਕੀ ਮਤਲਬ ਹਰਾਮ ਆ ਇਹ ਕਿਥੋਂ ਹਰਾਮ ਹੋ ਗਈ ਅੱਗੇ ਵੀ ਤੇ ਪੀਂਦੀ ਮੈਂ ਕਿਹੜਾ ਪੇਲੀ ਵਾਰੀ ਪੀਣ ਲੱਗੀ ਹੁਣ ਹਰਾਮ ਆ ਅੱਛਾ ਗੱਲ ਸਮਝ ਲਈ ਇਹ ਗੱਲ ਉੱਥੇ ਬੈ ਕੇ ਵੀ ਹੋ ਸਕਦੀ ਆ ਐਡੀ ਗਾੜੀ ਜ਼ਰੂਰੀ ਗੱਲ ਆ ਸੁਣਾਓ ਤੂੰ ਹੋਰ ਬੋਤਲ ਪੀ ਲੈਣੀ ਪਣੀ ਠੀਕ ਆ ਮੈਂ ਹੋਰ ਲੈ ਆਂਦੀ ਆ ਨਹੀਂ ਪੀਂਦੀ ਮੈਨੂੰ ਦੱਸੋ ਵੀ ਤੇ ਸਹੀ ਨਾ ਕਾਦੇ ਲਈ ਹਰਾਮ ਆ ਲੈ ਆਂਦੀ ਆ ਇਹ ਕੀ ਦੀ ਇਹ ਹਿਸਾਬ ਕਿਤਾਬ ਘੋਣੇ ਨਹੀਂ ਦੇ ਸਿਆ ਆਪਾਂ ਦੇਖੋ ਮੈਂ ਆਰਡਰ ਕੀਤੀ ਸੀ ਕੋਕ ਪੀਾਂਗੀ ਕੋਕ ਆ ਤੇ ਤੂੰ ਬਿਲਕੁਲ ਹੀ ਨਹੀਂ ਪੀਣੀ ਹੈਗੀ ਐ ਤੇ ਤੁਹਾਨੂੰ ਪਤਾ ਸਭ ਦੀ ਫੇਵਰਟ ਆ ਮੈਂ ਇਹ ਹੀ ਪੀਣੀ ਇਸ ਕਰਕੇ ਤੇ ਹਰਾਮ ਆ ਕੀ ਮਤਲਬ ਹਰਾਮ ਆ ਪਹਿਲੇ ਤੁਸੀਂ ਕਦੀ ਨਹੀਂ ਇੰਜ ਦੀ ਕੋਈ ਗੱਲ ਕੀਤੀ ਦੇਖ ਹਰਾਮ ਚੀਜ਼ਾ ਤੂੰ ਨਹੀਂ ਖਾਣੀ ਆ ਤੇ ਨਾ ਪੀਣੀ ਆ ਬਸ ਗੱਲ ਮੁੱਕ ਗਈ ਚਲੋ ਮੈਂ ਫਿਰ ਕੁਝ ਹੋਰ ਵੇਖ ਲੈਣੀ ਖਾ ਲੈਂਦੀ ਆ ਹਾਂ ਹੋਰ ਖਾ ਲੈ ਮੈਂ ਵੀ ਹਿਸਾਬ ਕਿਤਾਬ ਦੇਖਾਂ ਓਕੇ ਤੁਹਾਨੂੰ ਕਿਉਂ ਆ ਜਬੀਰਾਂ ਨੂੰ ਲੱਗ ਰਿਹਾ ਮੈਂ ਹਰਾਮ ਖਾ ਰਹੀ ਆ ਚਲੋ ਡੈਰੀ ਮਿਲ ਖਾਨੀ ਦੇਖਦੇ ਨਹੀਂ ਰਹੀ ਮਮੀ ਕਹਿੰਦਾ ਇਸ ਆਪ ਕਿਤਾਬ ਕਿਤਾ ਸਮਝ ਨਹੀਂ ਆ ਰਹੀ ਨਾ ਪੁੱਛਾਂ ਤੇ ਸਹੀ ਘਰ ਦੀ ਪਈਆ ਸਾਰੇ ਗਲਤ ਹੋ ਗਿਆ ਵਾ ਲੈਲਾ ਗੱਲ ਸੁਣੀ ਹੁਣ ਨਾ ਤੰਗ ਕਰੋ ਮੈਂ ਹੁਣ ਖਾ ਰਹੀ ਚੋਕਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੂੰ ਆ ਵੀ ਹਰਾਮ ਖਾ ਰਹੀ ਆ ਇਹ ਕਿੱਥੋਂ ਹਰਾਮ ਆ ਇਹ ਵੀ ਹਰਾਮ ਆ ਮੈਂ ਕਿਹਾ ਵਾ ਹਰਾਮ ਸ਼ੈ ਨਹੀਂ ਖਾਣੀ ਹਰਾਮ ਸ਼ੈ ਪੀਣੀ ਨਹੀਂ ਕਿਹਾ ਸੀ ਨਾ ਮਨਾ ਕੀਤਾ ਸੀ ਨਾ ਪਰ ਪਹਿਲੇ ਵੀ ਤੂੰ ਤੁਸੀਂ ਖਾਂਦੇ ਹੀ ਸੀ ਹੁਣ ਗੱਲ ਹੋਰ ਆ ਹੁਣ ਅਸੀਂ ਕੋਈ ਵੀ ਸ਼ੈ ਹਰਾਮ ਨਹੀਂ ਖਾਣੀ ਅੰਨੀ ਭੁੱਖ ਲੱਗੀ ਕੁਝ ਤੇ ਖਾਣ ਦੇ ਹੁਣ ਖਾਰਾ ਠੀਕ ਆ ਮੈਂ ਆਰਡਰ ਕਰ ਲੈਂਦੀ ਮੈਂ ਕੇ افਸੀ ਆਰਡਰ ਕਰ ਲੈਂਦੀ ਖਬਰਦਾਰ ਤੂੰ ਕੇ افਸੀ ਤੋਂ ਆਰਡਰ ਕੀਤਾ ਹੋਰ ਕੀ ਕਰਾਂ ਕੁਝ ਵੀ ਨਹੀਂ ਪੱਕਿਆ ਘਰ ਤੇ ਤੂੰ ਕਿਸੇ ਹਲਾਲ ਵਾਲੀ ਸਾਈਡ ਤੋਂ ਕਰ ਲੈ ਉਹ ਹਰਾਮ ਆ ਕਿ ਐਫਸੀ ਠੀਕ ਹੈ ਮੈਂ ਮੈਕਡੋਨਲਡਸ ਤੋਂ ਕਰ ਲੈਣੀ ਮੈਕਡੋਨਲਡ ਔਰ ਨਾਲ ਉਹ ਵੀ ਵੱਧ ਹਰਾਮ ਆ ਮੈਕਡੋਨਲਡ ਵੀ ਨਹੀਂ ਖਾਣਾ ਇਹ ਕੀ ਹਰਾਮ ਆ ਮੈਂ ਐਸਾ ਕੀ ਕਰਤਾ ਵਾ ਪਹਿਲੇ ਤੇ ਕੁਛ ਵੀ ਨਹੀਂ ਸੀ ਖਾਈਦਾ ਸੀ ਮੰਗਾਈਦਾ ਸੀ ਹੁਣ ਤੁਸੀਂ ਕਿਉਂ ਮਨਾ ਕਰੀ ਜਾ ਰਹੇ ਮੈਂ ਕੀ ਫਿਰ ਖਾਵਾਂ ਗੱਲ ਸੁਣ ਮੇਰੀ ਠੀਕ ਆ ਇਹ ਲੋਕ ਵੀ ਜਾਣਦੇ ਆ ਦੁਨੀਆ ਵੀ ਜਾਣਦੀ ਏ ਪਾਕਿਸਤਾਨੀ ਵੀ ਚੰਗੀ ਤਰ੍ਹਾਂ ਜਾਣਦੇ ਜਿਹੜੇ ਮੀਸ ਨੇ ਕੁੰਨੇ ਬਣ ਕੇ ਬੈਠੇ ਆ ਕੋਕ ਸਪਰਾਈਟ ਮੈਕਡੋਨਲ ਤੇ KFC ਨੈਸਲੇ ਇਹਨਾਂ ਕੇ ਹੋਰ ਵੀ ਇਨੇ ਬ੍ਰਾਂਡ ਆ گارਨੀਅਰ ਤੇ ਬ੍ਰਾਂਡ ਆ ਠੀਕ ਆ ਇਹ ਸਾਰੇ ਇਸਰਾਇਲ ਦੇ ਬ੍ਰਾਂਡ ਆ ਇਹਨਾਂ ਨੂੰ ਖਾਣਾ ਇਸਤੇਮਾਲ ਕਰਨਾ ਇਨਾਂ ਨੇ ਪਾਕਿਸਤਾਨੀਆਂ ਨੂੰ ਪਤਾ ਕਿ ਫਲਸਤੀਨ ਦੀ ਤੇ ਇਸਰਾਇਲ ਦੀ ਜਿਹੜੀ ਜੰਗ ਹੋ ਰਹੀ ਆ ਹੋਰ ਇਹਦੀ ਡਿਟੇਲ ਮੈਂ ਤੇਨੂੰ ਥੋੜੀ-ਬਹੁਤ ਦੱਸ ਦਿੰਦੀ ਠੀਕ ਆ ਕੋਈ ਨਹੀਂ ਬੋਲਿਆ ਯੂਟਿਊਬਰ ਇਹਨਾ ਬੋਲ ਦੇਣੀ ਐ ਇਸ ਗੱਲ ਤੇ ਮੈਨੂੰ ਨਹੀਂ ਪਤਾ ਸਹੀ ਐ ਜਾਂ ਗਲਤ ਆ ਪਰ ਮੈਂ ਜਦੋਂ ਵੀਡੀਓ ਵੇਖਿਆ ਨਾ ਕਿ ਯੂਟਿਊਬ ਕੀ ਕਹਿੰਦਾ ਮੈਨੂੰ ਇਹਨਾ ਕੋਈ ਲੈਣਾ ਦੇਣਾ ਨਹੀਂ ਮੇਰੀ ਵੀਡੀਓ ਤੇ ਠੀਕ ਆ ਮੈਂ ਤੇ ਬਣਾਣੀ ਬਣਾਣੀ ਅਗਰ ਮੈਂ ਇੱਕ ਅੱਛੀ ਮੁਸਲਮਾਨ ਆ ਨਾ ਤੇ ਮੈਂ ਇਹ ਵੀਡੀਓ ਬਣਾਵਾਂਗੀ ਤੇ ਚੜਾਵਾਂਗੀ ਵੀ ਠੀਕ ਆ ਇਸਰਾਇਲੀ ਜਿੰਨੇ ਬ੍ਰੈਂਡ ਆ ਘੱਟੋ-ਘੱਟ ਪਾਕਿਸਤਾਨ ਕੁਝ ਹੋਰ ਨਹੀਂ ਕਰ ਸਕਦਾ ਹਨਾ ਨਹੀਂ ਕਰ ਸਕਦਾ ਏ ਬਾਈਕਾਟ ਕਰਨਾ ਸ਼ੁਰੂ ਕਰਦਣ ਪਹਿਲੇ ਏ ਬਾਈਕਾਟ ਦਾ ਜਿਹੜਾ ਕੰਮ ਹੈ ਮੈਂ ਆਪਣੇ ਘਰ ਤੋਂ ਸਟਾਰਟ ਕਰਾਂਗੀ ਠੀਕ ਆ ਹੋ ਸਕਦਾ ਸਾਨੂੰ ਵੇਖਣ ਵਾਲੇ ਕਈ ਲੋਗ ਇਹ ਕੰਮ ਕਰਨ ਇਹਨਾਂ ਦਾ ਬਿਜ਼ਨਸ ਬੰਦ ਕਰੋ ਇਹਨਾਂ ਨੂੰ ਤੁਸੀਂ ਕਮਾਕਮਾ ਪੈਸੇ ਦੇ ਰਹੇ ਉਹਨਾਂ ਦੀ ਛੇਵਾ ਖਾ ਖਾ ਕੇ ਨੋਟ ਭੇਜ ਰਹੇ ਤੁਸੀਂ ਹੈ ਤੁਹਾਨੂੰ ਨਹੀਂ ਪਤਾ ਕਿਨੇ ਮੁਸਲਮਾਨਾਂ ਨੂੰ ਕਤਲ ਕਰ ਰਹੇ ਆ ਉਹਨਾਂ ਦਾ ਕਿੰਨਾ ਖੂਨ ਬਹਾ ਰਹੇ ਆ ਇਹਨੇ ਮੁਸਲਮਾਨ ਸ਼ਹੀਦ ਕੀਤੇ ਠੀਕ ਆ ਫਲਸਤੀਨੀ ਇਹਨਾਂ ਨੇ ਧਾਂਦਲੀ ਕੀਤੀ ਧੋਖੇ ਨਾਲ ਇਹਨੇ ਹਮਲੇ ਕੀਤੇ ਆ ਹੁਣ ਇੱਕ ਹਮਲੇ ਚ 600 ਨਿਆਣਾ ਮੈਂ ਵੱਡਿਆਂ ਦੀ ਗੱਲ ਨਹੀਂ ਕਰਦੀ ਯਾਰ ਤੁਸੀਂ ਘਟੋ ਘਟੇ ਇਹੀ ਸੋਚ ਲੋ ਨਿਆਣੇ ਆ ਮਾਸੂਮ ਜਿਨ੍ਹਾਂ ਨੇ ਦੁਨੀਆ ਤੇ ਕੁਛ ਨਹੀਂ ਵੇਖਿਆ ਠੀਕ ਆ ਧੋਖੇ ਨਾਲ ਇਕੱਠੇ ਕਰਕੇ ਉਹਨਾਂ ਨੂੰ ਇੱਕ ਜਗ੍ਹਾ ਤੇ ਕਿ ਹਾਂਜੀ ਤੁਸੀਂ ਅਸੀਂ ਹਮਲਾ ਕਰਨਾ ਤੁਸੀਂ ਨਾ ਨਿਕਲ ਜਾਓ ਇੱਥੋਂ ਹੁਣ ਉਹਨਾਂ ਨੂੰ ਪਤਾ ਸੀ ਕਿ ਇਹ ਰਾਤ ਉਹ ਨਿਕਲ ਰਹੇ ਉੱਥੇ ਹਮਲਾ ਕੀਤਾ ਤੇ ਯਕੀਨ ਮੰਨ ਉਹ ਵੀਡੀਓ ਤੂੰ ਵੀ ਦੇਖਿਆ ਹੋਣੀ ਆ ਲੈ ਲਾ ਤੈਨੂੰ ਕੀ ਕੀ ਮਹਿਸੂਸ ਹੋਇਆ ਜੋ ਤੂੰ ਨੇ ਦੇਖਿਆ ਮੈਨੂੰ ਇਹੀ ਫੀਲ ਹੋਇਆ ਕਿ ਅਗਰ ਤੁਸੀਂ ਕੁਝ ਨਹੀਂ ਕਰ ਸਕਦੇ ਹੋ ਤੁਸੀਂ ਉਹਨਾਂ ਲਈ ਆਵਾਜ਼ ਤੇ ਉਠਾ ਸਕਦੇ ਹੋ ਸਾਨੂੰ ਜਿਵੇਂ ਕਿ ਅਸੀਂ ਜਾਣਦੇ ਅਸੀਂ ਪਾਕਿਸਤਾਨ 'ਚ ਰਹਿ ਕੇ ਵੀ ਅਜ਼ਾਦ ਨਹੀਂ ਆ ਕੈਨ ਨੂੰ ਮੁਲਕ ਸਾਡਾ ਆਜ਼ਾਦ ਆ ਪਰ ਅਸੀਂ ਆਜ਼ਾਦ ਨਹੀਂ ਆ ਅਸੀਂ ਤੁਹਾਨੂੰ ਹਸਾਣ ਲਈ ਐ ਸਭ ਕੁਝ ਕਰੀਦਾ ਹ ਬਟ ਕਹਿੰਦੇ ਨਾ ਜਿਹੜੇ ਜਿੰਨਾ ਲੋਕਾਂ ਨੂੰ ਹਸਾਉਂਦੇ ਆ ਉਹਨਾਂ ਹੀ ਦੁਖੀ ਹੁੰਦੇ ਅੰਦਰੋਂ ਅਸੀਂ ਬਹੁਤ ਹੀ ਇਮੋਸ਼ਨਲ ਆ ਸਾਨੂੰ ਬਹੁਤ ਹੀ ਦੁੱਖ ਹੋਇਆ ਤੇ ਅਸੀਂ ਇਹ ਵੀਡੀਓ ਸਪੈਸ਼ਲ ਸਿਰਫ ਤੁਹਾਨੂੰ ਮੈਸੇਜ ਦੇਣ ਲਈ ਕੀਤੀ ਆ ਕਿ ਸਭ ਤੋਂ ਪਹਿਲੇ ਆਪਣੇ ਕਰੋ ਤੁਸੀਂ ਇਸ ਕੰਮ ਸਟਾਰਟ ਕਰੋ ਤੁਸੀਂ ਉਹਨਾਂ ਦੇ ਜਿੰਨੇ ਵੀ ਬ੍ਰਾਂਡ ਆ ਅੱਜ ਤੋਂ ਉਹਨਾਂ ਦਾ ਬਾਇਕਾਟ ਕਰੋ ਕਿਉਂਕਿ ਮਾਸੂਮ ਬੱਚੇ ਹਸਪਤਾਲਾਂ ਤੇ ਵੀ ਧਮਾਕੇ ਇੱਕ ਮੈਦਾਨੇ ਜੰਗ ਬਣਿਆ ਵਾ ਤੇ ਕਹਿੰਦੇ ਆ ਕਿਸੇ ਲਈ ਕਿਸੇ ਦੇ ਹੱਕ ਚ ਬੋਲਣਾ ਇਹ ਵੀ ਜਹਾਦ ਆ ਨਾ ਤੁਸੀਂ ਆਪਣੀ ਆਵਾਜ਼ ਤੇ ਉਠਾ ਸਕਦੇ ਹੋ ਨਾ ਠੀਕ ਹੈ ਇਤਜਾਜ਼ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰੋਬਾਰ ਨਹੀਂ ਨਿਕਲ ਸਕਦੇ ਜੀ ਸਭ ਤੋਂ ਵੱਡਾ ਧੋਖਾ ਯਾਰ ਬੱਚਿਆਂ ਦਾ ਹਸਪੀਟਲ ਬੱਚੇ ਔਰ ਜ ਹਜ਼ਾਰ ਬੱਚਾ ਜਿਹੜਾ ਸੀ ਵਿੱਚ ਨਾ ਉਹਨਾਂ ਦੀ ਜਾਨ ਗਈ ਬਹੁਤ ਅਫਸੋਸ ਹੋਇਆ ਅੱਲਾ ਉਹਨਾਂ ਨੂੰ ਆਪਣੇ ਹਿਜ਼ੋਮਾਨ ਚ ਰੱਖਿਆ ਸੀ ਉਹਨਾਂ ਲਈ ਦਵਾਈ ਆ ਗੋਵੀਆਂ ਪਰ ਅਸੀਂ ਤੁਹਾਡੇ ਤੋਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਤੋਂ ਬਾਅਦ ਜਿੰਨੇ ਵੀ ਬ੍ਰਾਂਡ ਆ ਈਵਨ ਕੇਅਰ ਲਓਰੀਅਲ ਆ ਇਨਾ ਵੱਡਾ ਨਾਮ ਆ ਇਹਦੇ ਕਲਰਸ ਹੇਅਰ ਸ਼ੈਂਪੂ ਚੀਜ਼ਾਂ ਹੋਈਆਂ ਤੁਸੀਂ ਹਰ ਚੀਜ਼ ਬੈਨ ਕਰੋ ਅਗਰ ਅਸੀਂ ਜਿੰਨਾ ਕਿ ਦੱਸਿਆ ਵਾ ਉਸ ਤੋਂ ਇਲਾਵਾ ਵੀ ਕਾਫੀ ਚੀਜ਼ਾਂ ਤੁਸੀਂ ਸਰਚ ਕਰ ਸਕਦੇ ਹੋ ਇੱਕ ਦਿਨ ਜ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਦਿਨ ਚ ਉਹਨਾਂ ਨੂੰ ਕਿੰਨਾ ਵੱਡਾ ਲਾਸ ਹੋ ਸਕਦਾ ਉਹਨਾਂ ਦਾ ਇੱਕ ਦਿਨ ਚ ਬਿਜ਼ਨਸ ਕਿੰਨਾ ਡਾਊਨ ਹੋ ਸਕਦਾ ਤੁਹਾਡੀ ਸੋਚ ਆ ਪਾਕਿਸਤਾਨ ਦੇ ਵਿੱਚ ਤਾਂ ਬਹੁਤ ਸਾਰੀਆਂ ਛੇਵਾਵਾਂ ਆ ਇਹ ਨਹੀਂ ਕਿ ਅਸੀਂ 2 4 ਦਾ ਅਸੀਂ ਦੱਸਿਆ ਬਹੁਤ ਸਾਰੀਆਂ ਛੇਵਾਵਾਂ ਬਾਇਕਾਟ ਕਰੋ ਹੋਰ ਪਾਕਿਸਤਾਨ ਚ ਵੀ ਛੇਵਾਵਾਂ ਹੋਰ ਬੰਦਦੀਆਂ ਬੋਤਲਾ ਵੀ ਬੰਦਦੀਆਂ ਚਾਕਲੇਟਾਂ ਵੀ ਬੰਦਦੀਆਂ ਤੁਸੀਂ ਜੇ ਖਾਣਾ ਪੀਣਾ ਤੁਸੀਂ ਹੋਰ ਖਾ ਲਵੋ ਬ੍ਰਾਂਡ ਦਾ ਹਾਂ ਤੁਸੀਂ ਪੈਪਸੀ ਪੀ ਲਓ ਸੈਵਨਅਪ ਪੀ ਲਓ ਮਤਲਬ ਸਾਡੇ ਪਾਕਿਸਤਾਨ ਦੇ ਆਪਣੇ ਬ੍ਰਾਂਡਸ ਉਹਨਾਂ ਨੂੰ ਪ੍ਰਮੋਟ ਕਰੋ ਸਰਪ੍ਰਾਈਜ਼ ਨੈਸਲੇ ਦੇ ਜੂਸ ਤੇ ਕੋਕਾ ਕੋਲਾ ਮੈਂ ਤੇ ਇਹੀ ਕਹਾਂਗੀ ਕਿ ਜਸਟ ਫਿਲ ਵਕਤ ਅਸੀਂ ਇੰਨਾ ਹੀ ਕਰ ਸਕਦੇ ਹਾਂ ਬਾਇਕਾਟ ਸਾਡਾ ਅੱਜ ਤੋਂ ਬਾਇਕਾਟ ਆ ਅੱਗੇ ਉਮੀਦ ਆ ਤੁਹਾਡਾ ਵੀ ਅੱਜ ਦੇ ਦਿਨ ਤੋਂ ਬਾਈਕਾਊਟ ਹੋਏਗਾ ਤੇ ਇਨਸ਼ਾਅੱਲਾ ਸੀਐਨਜੀ ਉਹਨਾਂ ਨੂੰ ਸ਼ਿਕਸ ਦੇ ਸਕਦੇ ਆ ਹੋਰ ਤੇ ਕੋਈ ਹੱਲ ਨਹੀਂ ਤੇ ਤੁਸੀਂ ਇਹਦੇ ਸਾਡਾ ਸਾਥ ਦੇਣਾ ਇੱਕ ਹੋਰ ਗੱਲ ਆ ਕਿ ਬੜੇ ਲੋਕਾਂ ਨੂੰ ਮਿਰਚਾ ਲੱਗਦੀ ਆ ਇਸ ਗੱਲ ਤੋਂ ਕਿ ਤੁਸੀਂ ਬੜਾ ਜੀ ਇਕੱਠੇ ਚਾਰ ਪੰਜ ਬੰਦੇ ਕਰਕੇ ਬਹਿ ਜਾਂਦੇ ਜੁਗਤ ਬਾਜ਼ੀਆਂ ਸੈਟਲਾਈਟ ਚੈਨਲ ਹੋ ਜਾ ਜਿਹੜਾ ਮਰਜ਼ੀ ਚੈਨਲ ਈਵਨ ਕਿ YouTube ਚੈਨਲ ਤੇ ਜੁਗਤਾ ਸੁਣੀ ਆ ਜੀ ਜੁਗਤਾ ਮਾਰੋ ਇਹ ਕਰੋ ਵੋ ਕਰੋ ਠੀਕ ਆ ਜ਼ਿੰਦਗੀ ਚ ਸਾਰਾ ਕੁਝ ਨਾਲ-ਨਾਲ ਚੱਲਦਾ ਜਦੋਂ ਇਹ ਜੀ ਕ੍ਰੇਸ਼ਨ ਆਈ ਹੈ ਨਾ ਮਤਲਬ ਆਵਾਮ ਸਾਡੀ ਕੰਜਰ ਖਾਨੇ ਚ ਬਹੁਤ ਖੁਸ਼ ਰਹਿੰਦੀ ਆ ਗਾਣੇ ਨਾਚ ਗਾਣਾ ਇਹ ਉਹ ਸਾਰਾ ਕੁਝ ਤੁਸੀਂ ਦੇਖਣਾ ਸਟੇਜ ਡਰਾਮੇ ਜਾ ਕੇ ਰਹਿਣੇ ਹਰ ਚੀਜ਼ ਚੱਲਦੀ ਠੀਕ ਆ ਯਾਰ ਜ਼ਿੰਦਗੀ ਦੇ ਨਾਲ ਨਾ ਘਟੋ ਘਟ ਜਦੋਂ ਮੁਸਲਮਾਨਾਂ ਤੇ ਮੁਸ਼ਕਿਲ ਵਕਤ ਆਇਆ ਕੁਸੀਂ ਨਹੀਂ ਕੁਛ ਕਰ ਸਕਦੇ ਜੰਗ ਚ ਨਹੀਂ ਜਾ ਸਕਦੇ ਤੁਰਕੀ ਜਾ ਰਿਹਾ ਲਬਨਾਨ ਜਾ ਰਿਹਾ ਯੂਨਾਨ ਜਾ ਰਿਹਾ ਠੀਕ ਆ ਤੇ ਪਾਕਿਸਤਾਨ ਨਹੀਂ ਕਿਤੇ ਜਾ ਰਿਹਾ ਪਾਕਿਸਤਾਨ ਜਾ ਹੀ ਨਹੀਂ ਸਕਦਾ ਕਿਤੇ ਜੀ ਇੱਥੇ ਦੇ ਸਿਆਸਤਦਾਨਾਂ ਨੂੰ ਇਹੀ ਰੋਲਾ ਪਿਆ ਰਹਿੰਦਾ ਜੀ ਇਹਨੂੰ ਆਸ਼ਿਫ ਆ ਰਿਹਾ ਵਾ ਢਿੱਡ ਚ ਪੀੜ ਹੋ ਗਈ ਕੈਨਸਲ ਹੋ ਗਿਆ ਔਰ ਸਿਰ ਦੁਖਦਾ ਕੈਨਸਲ ਹੋ ਗਿਆ ਜਾ ਰਿਹਾ ਆ ਰਿਹਾ ਵਾ ਤੇ ਇਮਰਾਨ ਖਾਨ ਜੇਲ੍ਹ ਚੋਂ ਕੱਢਣਾ ਕਹਿ ਜਾਂ ਆਫਸਰ ਦਾ ਵਈਓ ਮਤਲਬ ਤੁਹਾਡੇ ਵਿੱਚ ਇਸਲਾਮ ਇਸਲਾਮ ਕਿੱਥੇ ਆ ਮੈਨੂੰ ਸਮਝ ਨਹੀਂ ਆਂਦੀ ਬੀਰਾ ਮਤਲਬ ਕਿ ਤੁਸੀਂ ਮੋਬਾਈਲ ਖੋਲੋ ਟਿਕਟੌਕਸ ਵੀਡੀਓਜ਼ ਸ਼ੋਰਟਸ YouTube ਹਰ ਪਲੇਟਫਾਰਮ ਤੇ ਲੋਕਾਂ ਨੂੰ ਅੰਨੀ ਪਈ ਆ ਵੀਡੀਓ ਅਪਲੋਡ ਕਰਨੀ ਕਰਨੀ ਅਗਰ ਸਭ ਇਹਦੇ ਹੀ ਖਿਲਾਫ ਆਵਾਜ਼ ਠਾਨ ਲੱਗ ਜਾਂ ਤੇ ਮੇਰਾ ਖਿਆਲ ਆ ਬਹੁਤ ਬਹੁਤ ਸਾਨੂੰ ਉਹਨਾਂ ਨੂੰ ਸਾਡੇ ਤੋਂ ਫਾਇਦਾ ਪਹੁੰਚ ਸਕਦਾ ਨਾ ਕਿ ਚਲੋ ਅਸੀਂ ਉੰਜ ਘਰੋਂ ਬਾਹਰ ਨਹੀਂ ਨਿਕਲ ਸਕਦੇ ਹੁਣ ਤੇ ਹਰ ਦੂਸਰਾ ਬੰਦਾ ਸੋਸ਼ਲ ਮੀਡੀਆ ਤੇ ਜਦੋਂ ਵੀ ਸੋਸ਼ਲ ਮੀਡੀਆ ਖੋਲੋ ਆ ਜਾ ਇੱਕ ਬੰਦੇ ਦਾ ਕਤਲ ਹੋ ਗਿਆ ਨਾ ਇੱਕ ਤੁਸੀਂ ਵੀ ਦੇਖਿਆ ਹੋਣਾ ਡਿਲੀਵਰੀ ਬாய் ਵਾਲਾ ਕੇਸ ਇੱਕ ਕਤਲ ਹੋਇਆ ਤੇ ਪੂਰਾ ਸੋਸ਼ਲ ਮੀਡੀਆ ਉਹਦੇ ਤੇ ਵੋਇਸਾਂ ਤੇ ਰੀਲਾਂ ਬਣਾ ਕੇ ਪਾਗਲ ਹੋ ਗਿਆ ਉੱਥੇ ਪੂਰਾ ਪੂਰਾ ਮੁਲਖ ਤਬਾਹ ਹੋ ਗਿਆ ਇੱਕ ਕਤਲ ਨਹੀਂ ਇੱਕ ਜਾਨ ਨਹੀਂ ਗਈ ਕਿੰਨੀਆਂ ਜਾਨਾਂ ਗਈਆਂ ਇੱਕ ਜਾਨ ਪਿੱਛੇ ਇਹ ਸਾਰੇ ਲੋਕ ਵਿਊਜ਼ ਲੈਣ ਲਈ ਇਹ ਸਾਰੇ ਯੂਟਿਊਬਰ ਥਾਣੇ ਪਹੁੰਚ ਜਾਂਦੇ ਉਹਨਾਂ ਦੇ ਘਰਾਂ ਤੱਕ ਇਹ ਇੱਕ ਹੀ ਬੰਦੇ ਦੇ 10-10 ਇੰਟਰਵਿਊ ਕਰ ਰਹੇ ਹੁੰਦੇ ਨੇ ਤੇ ਇੰਨੀਆਂ ਜਾਨਾਂ ਚਲੀਆਂ ਗਈਆਂ ਹੁਣ ਸਾਰੇ ਯੂਟਿਊਬਰ ਕਿੱਥੇ ਆ ਮੈਨੂੰ ਸਮਝ ਨਹੀਂ ਆਉਂਦੀ ਹੁਣ ਵੀ ਹੁਣ ਵੀ ਬਣਾਓ ਨਾ ਇੱਕ ਇੱਕ ਜਾਨ ਤੇ ਕਰੋ ਇੰਟਰਵਿਊ ਕਰੋ ਪਤਾ ਇਨਵੈਸਟੀਗੇਸ਼ਨ ਕਰੋ ਨਾ ਹੁਣ ਕਿਉਂ ਨਹੀਂ ਬੋਲਦੇ ਸਾਰੇ ਚੁੱਪ ਪਤਾ ਕੀ ਮੈਂ ਨੇ ਕਹਿੰਦੀ ਰਿਕੁਐਸਟ ਕਰ ਸਕਦੇ ਆਪਾਂ ਕਿ ਸਾਰੇ ਘੱਟੋ ਘਾਟੇ ਕੇ ਵੀਡੀਓ ਪਾਓ ਠੀਕ ਆ ਅਸੀਂ ਇਤਜਾਜ ਕਰੋ ਇਤਜਾਜ ਨਹੀਂ ਕਰ ਸਕਦੇ ਕਿਉਂਕਿ ਪਾਕਿਸਤਾਨ ਦੀ ਸ਼ਾਇਦ ਸ਼ਾਇਬੈਨ ਜਿੱਥੇ ਤੱਕ ਮੈਨੂੰ ਪਤਾ ਚੱਲਿਆ ਆਪਾਂ ਸੜਕਾਂ ਤੇ ਨਹੀਂ ਨਿਕਲ ਸਕਦੇ ਪਰ ਅਗਰ ਸਾਡੇ ਕੋਲ ਪਲੇਟਫਾਰਮ ਹੈਗੇ ਆਪਣੇ ਚੈਨਲਸ ਹੈਗੇ ਇਹਨਾਂ ਤੇ ਬਹਿ ਕੇ 2 ਮਿੰਟ ਦੀ ਗੱਲ ਆਪਾਂ ਕਰ ਸਕਦੇ ਆ ਇਹ ਚ ਕੋਈ ਹਰਜ ਨਹੀਂ ਆ ਅੱਛਾ ਮੈਂ ਇੱਕ ਦੇਖਿਆ ਕਿ ਫਲਸਤੀਨੀ ਸਹਾਫੀ ਉਹ ਕਹਿੰਦਾ ਕਿ ਮੈਨੂੰ ਕਿਸੇ ਤੋਂ ਉਮੀਦ ਨਹੀਂ ਹੈ ਕੋਈ ਨਾਲ ਖੜੇਗਾ ਨਾ ਲੇਕਿਨ ਪਾਕਿਸਤਾਨ ਤੋਂ ਮੈਨੂੰ ਪੂਰੀ ਉਮੀਦ ਆ ਕਿ ਸਾਨੂੰ ਛੱਡ ਕੇ ਨਹੀਂ ਜਾਏਗਾ ਨਾਲ ਖੜਾ ਆਏਗਾ ਕਿੱਥੇ ਪਾਕਿਸਤਾਨ ਵੀ ਕਿੱਥੇ ਨਹੀਂ ਪਾਕਿਸਤਾਨ ਨਜ਼ਰ ਆਇਆ ਟਿਕਟੋਕ ਤੇ ਦੇਖ ਲੋ ਕੰਜਰ ਖਾਣਾ ਲੱਗਾ ਨੱਚ ਰੀਆਂ ਕੁੜੀਆਂ ਗਾਣਿਆਂ ਤੇ ਬਣਾ ਰੀਆਂ ਵੀਡੀਓ ਸਾਰੇ ਹੀ ਅਸੀਂ ਸਾਰੇ ਹੀ ਮੈਂ ਨਹੀਂ ਕਹਿੰਦੀ ਕਿ ਅਸੀਂ ਬਹੁਤ ਹੈ ਮਤਲਬ ਬੰਦੇ ਪਏ ਆ ਸ਼ਰੀਫ ਪਰ ਤੁਸੀਂ ਵਕਤ ਦੇ ਨਾਲ ਦੇਖੋ ਹਰ ਚੀਜ਼ ਦਾ ਇੱਕ ਟ੍ਰੈਂਡ ਚੱਲਦਾ ਹੈ ਨਾ ਇਹਨਾਂ ਟ੍ਰੈਂਡ ਦੇ ਹਿਸਾਬ ਨਾਲ ਚੱਲਦੇ ਆ ਪਰ ਫਿਲ ਵਕਤ ਤੇ ਫਿਲ ਵਕਤ ਤੇ ਇੱਥੇ ਬਹੁਤ ਹੀ ਕਤਲੋਗਾਰਤ ਜੰਗ ਇਹ ਉਹ ਇਹੋ ਹੀਆਂ ਖਬਰਾਂ ਚੱਲ ਰਹੀਆਂ ਪਰ ਮੈਂ ਜੋ ਦੇਖ ਰਹੀਆਂ ਇੰਟਰਨੈਸ਼ਨਲ ਲੋਗ ਉਹਨਾਂ ਦੀ ਤਰਫੋਂ ਜ਼ਿਆਦਾ ਹੋ ਰਹੀ ਹੈ ਲੋਗ ਵੀਡੀਓਜ਼ ਡਾਲ ਰਹੇ ਪਰ ਮੈਨੂੰ ਆਪਣੇ ਤਰਫੋਂ ਐ ਟਿਕਟੋਕਰ ਵੀ ਹੁਣ ਸੁੱਤੇ ਆ ਸਾਰੇ ਹਾਂ ਉਠਣ ਇੰਨੇ-ਨੇ ਮਿਲੀਅਨ ਕਿੱਥੇ ਲੈ ਕੇ ਜਾਣੇ ਖਬਰਾਂ ਚਲੇ ਜਾਣੇ ਆ ਕਿੱਥੇ ਲੈ ਕੇ ਜਾਣੇ ਆ ਤੁਸੀਂ ਦੋ ਦੋ ਟਿਕਟੋਕ ਬਣਾਓ ਚਲੋ ਜ਼ਿਆਦਾ ਨਾ ਬਣਾਓ ਇੱਕ ਤੇ ਟਿਕਟੋਕ ਬਣਾਓ ਤੇ ਇੰਨੀਆਂ ਵਾਇਰਲ ਹੁੰਦੀਆਂ ਤੁਹਾਡੇ ਸਿਰਫ ਨੱਚਣ ਦੀਆਂ ਹੀ ਹੁੰਦੀਆਂ ਤੁਸੀਂ ਉਹਦੇ ਚ ਕੀ ਹੈ ਉਹ ਜਿਹੜੀਆਂ ਵੀਡੀਓ ਉਹਨਾਂ ਦਾ ਕਿਹੜਾ origignal content ਆਪਣੀ ਆਵਾਜ਼ 'ਚ ਥੋੜੀ ਹੁੰਦੀਆਂ ਉਹ ਵੀ ਇਹਨਾਂ ਨੇ ਕਿਸੇ ਸਿੰਗਰ ਦਾ ਗਾਣਾ ਚੁੱਕ ਲਿਆ ਉਹਨਾਂ ਨੂੰ ਪ੍ਰਮੋਟ ਹੀ ਕਰ ਰਹੇ ਆ ਬੇਸਿਕਲੀ ਟ੍ਰੈਂਡ 'ਚ ਲਿਆਂਦੇ ਆ ਇੱਕ ਕਿਸੇ ਦੀ ਲਿਪਸਿੰਗ ਤੇ ਤੇ ਅਗਰ ਕਿਸੇ ਦੀ ਹੱਕ 'ਚ ਦੋ ਬੋਲ ਬੋਲ ਦੋਗੇ ਤੇ ਕੀ ਚਲਾ ਜਾਏਗਾ ਬਾਇਕਾਟ ਕਰ ਸਕਦੇ ਹੋ ਤੁਸੀਂ ਆ ਬ੍ਰਾਂਡਸ ਮੈਂਸ਼ਨ ਕਰਕੇ ਇਹਨਾਂ ਦਾ ਬਾਈਕਾਟ ਕਰੋ ਹੋਰ ਕੁਝ ਨਹੀਂ ਕਰ ਸਕਦੇ ਘਰ ਬੈਠੇ ਕੋ 15 ਸੈਕਿੰਡ ਤੇ ਕੱਢ ਸਕਦੇ ਹੋ ਨਾ ਸਾਡੀ ਸਿਰਫ ਇੰਨੀ ਇੱਕ ਦਰਖਾਸਤ ਹੈ ਕਿ ਸਾਰੇ ਇਸ ਦੇ ਖਿਲਾਫ ਆਵਾਜ਼ ਉਠਾਓ ਬਾਈਕਾਟ ਕਰੋ ਇਹਨਾਂ ਸਾਰੇ ਬ੍ਰਾਂਡਾਂ ਦਾ ਤੇ ਸਭ ਘਟੋ ਘਟ 15 ਸੈਕਿੰਡ 24 ਘੰਟਿਆਂ ਚੋਂ 15 ਸਕਿੰਡ ਕੱਢ ਲਓ ਕਿਹੜਾ ਤੁਸੀਂ ਰੋਜ਼ ਬਣਾਣੀ ਜ਼ਿੰਦਗੀ 'ਚ ਇੱਕ ਵਾਰੀ ਬਣਾ ਦੋਗੇ ਤੇ ਕੀ ਉਹਨਾਂ ਦੇ ਹੱਕ ਲਈ ਇੱਕ ਵੀਡੀਓ ਜ਼ਰੂਰ ਅਪਲੋਡ ਕਰੋ ਸਾਡੇ ਸਿਰਫ ਪਾਕਿਸਤਾਨ 'ਚ ਇਹੀ ਜ਼ਿਆਦਾ ਦਿੱਤੀ ਗਈ ਜਲਸੇ ਕਰ ਲੋ ਵਲੀਮੇ ਆ ਵਾਂਗੂ ਹੈ ਮਰੀਮ ਨਵਾਜ਼ਾ ਦੇਲ ਐ ਇੰਨੇ ਖਾਣੇ ਚੱਲ ਰਹੇ ਅੰਨੇ ਆਫਲ ਸੀਨੀਅਰ ਭੁੱਖੇ ਬੈਠੇ ਆ ਜਿਨ੍ਹਾਂ ਨੂੰ ਪਾਣੀ ਨਹੀਂ ਲੱਭ ਰਾ ਜਿਨ੍ਹਾਂ ਨੂੰ ਰੋਟੀ ਨਹੀਂ ਲੱਭ ਰਹੀ ਨਿੱਕੇ ਨਿੱਕੇ ਨਿਆਣੇ ਤੁਸੀਂ ਇੱਕ ਵਾਰੀ ਵੀਡੀਓ ਦੇਖੋ ਮੈਂ ਮੈਂ ਰਾਤ ਨੂੰ ਦੇਖੀ ਆ ਵੀਡੀਓ ਤੇ ਮੈਂ ਬੜੀ ਪਰੇਸ਼ਾਨ ਹੋ ਗਈ ਮੈਂ ਮਿੰਤ ਨੀਂਦ ਨਹੀਂ ਆਈ ਵੇਖ ਕੇ ਨਿੱਕੇ ਨਿੱਕੇ ਨਿਆਣੇ ਇੰਨ ਇੰਨੀ ਕਿ ਬੱਚੇ ਦੀ লাশ ਪਿਓ ਚੱਕੀ ਫਿਰਦਾ ਤੇ ਉਹ ਮਤਲਬ ਗੁੱਡਾ ਲੱਗ ਰਿਹਾ ਸੀ ਹੈਨਾ ਦੇਖੋਗੇ ਨਾ ਤੁਹਾਡੀ ਆਪਣੀ ਆਪਣੀ ਰੂਹ ਕੰਬੇਗੀ ਤੁਹਾਡਾ ਦਿਲ ਕਰੇਗਾ ਜ਼ਮੀਰ ਤੁਹਾਨੂੰ ਝੰਜੋੜੇਗਾ ਕਿ ਐਟ ਲੀਸਟ ਕੁਛ ਨਹੀਂ ਕਰ ਸਕਦੇ ਅਸੀਂ ਨਹੀਂ ਜੰਗ ਜਾ ਕੇ ਲੜ ਨਹੀਂ ਸਕਦੇ ਅਸੀਂ ਆ ਮੂੰਹ ਨਾਲ ਤੇ ਕੁਝ ਬੋਲ ਸਕਦੇ ਦੋ ਲਫ਼ਜ਼ ਹਮਦਰਦੀ ਜਤਾ ਸਕਦੇ ਅਸੀਂ ਸਾਡਾ ਕੰਮ ਸਿਰਫ ਇੰਨਾ ਕਿ ਅਸੀਂ ਖੁਦ ਤੇ ਬਾਇਕਾਟ ਕਰਤਾ ਵਾ ਬਟ ਤੁਹਾਨੂੰ ਅਸੀਂ ਦਰਖਾਸਤ ਹੀ ਕਰ ਸਕਦੇ ਹਾਂ ਤੁਸੀਂ ਉਹਨਾਂ ਦੇ ਹੱਕ 'ਚ ਆਵਾਜ਼ ਠਾਓ ਦੂਸਰਾ ਜਿੰਨਾ ਹੋ ਸਕਦਾ ਬਾਇਕਾਟ ਕਰੋ ਤਾਂ ਦੀ ਸੋਚਾ ਉਹਨਾਂ ਨੂੰ ਕਿੰਨਾ ਲਾਸ ਪਹੁੰਚੇਗਾ ਤੇ ਸ਼ਾਇਦ ਉਹਨਾਂ ਨੂੰ ਸ਼ਰਮ ਆ ਜਾਏ ਸ਼ਾਇਦ ਬਟ ਜਿੰਨਾ ਹੋ ਸਕਿਆ ਅਸੀਂ ਤੇ ਆਪਣੀ ਤਰਫੋਂ ਉਹਨਾ ਕਰ ਸਕਦੇ ਆ ਬਾਕੀ ਅਸੀਂ ਉਹੀ ਗੱਲ ਅਸੀਂ ਤੇ ਆਵਾਜ਼ ਵੀ ਨਹੀਂ ਠਾ ਸਕਦੇ ਲੋਕ ਡਰਦੇ ਆ ਨਾ ਕਿ ਆਵਾਜ਼ ਠਾਵਾਂਗੇ ਪੁਲਿਸ ਚੁੱਕ ਕੇ ਲੈ ਜਾਏਗੀ ਇਹ ਵੋ ਨਾ ਬਟ ਤੁਸੀਂ ਥੋੜਾ ਜਿਹਾ ਇਸ ਚੀਜ਼ ਨੂੰ ਜ਼ਰੂਰ ਸਮਝੋ ਕਿ ਉਹ ਸਿਆਸਤ ਆ ਉਹ ਸਾਡੇ ਆਪਸ ਦੇ ਫੱਡੇ ਆ ਕੋਈ ਨੂਨ ਲੀਗੀ ਆ ਕੋਈ ਪੀਟੀਆਈ ਆ ਇਹ ਸਿਆਸਤ ਨਹੀਂ ਹੋ ਰਹੀ ਨਾ ਇਹ ਅਸੀਂ ਇੱਕ ਸਾਡੇ ਹੀ ਪੈਣਾ ਭਰਾ ਉਹਨਾਂ ਦੇ ਹੱਕ ਚ ਬੋਲਣਾ ਜਿੱਥੇ ਇਸਲਾਮ ਆਏਗਾ ਜਿੱਥੇ ਮੁਸਲਮਾਨ ਆਣਗੇ ਉੱਥੇ ਅਸੀਂ ਆਵਾਜ਼ ਚੱਕਣੀ ਚੱਕਣੀ ਆ ਸਾਰੇ ਆਪਣਾ ਖਿਆਲ ਰੱਖਿਓ ਤੁਹਾਨੂੰ ਅੱਜ ਯਾਦ ਰੱਖਿਓ ਤੇ ਨਾਲ ਦੁਆ ਮੰਗੋ ਫਲਸਤੀਨੀਆ ਵਾਸਤੇ ਬੜੀ ਮੁਸ਼ਕਿਲਾਂ ਦੇ ਵਿੱਚ ਉਹਨਾਂ ਨਾਲ ਸਾਥ ਦਿਓ ਬਹੁਤ ਸ਼ੁਕਰੀਆ